ਸਤਿ ਸ਼੍ਰੀ ਅਕਾਲ ਫਰੈਂਡਸ। ਡੈਡੀ ਦੇ ਕਹਿਣ 'ਤੇ ਸਮਾਨ ਇਕੱਤਰਿਤ ਕਰਨ ਚਲੇ ਗਏ ਅਤੇ ਸਭ ਤੋਂ ਪਹਿਲਾਂ ਅਸੀਂ ਕਿਹਾ ਕਿ ਚਲੋ ਅਸੀਂ ਨਾ ਫਾਸਟ ਫੂਡ ਹੀ ਲੈ ਲੈਂਦੇ ਹਾਂ। ਅਤੇ ਅਸੀਂ ਜਲਦੀ ਜਿਹੀ ਦੁਕਾਨ 'ਤੇ ਗਏ ਅਤੇ ਰਾਸ਼ੀ ਬੜਾ ਸੀ ਅਤੇ ਬੜੀ ਮੁਸ਼ਕਲ ਦੇ ਨਾਲ ਨਾ ਸਾਡੀ ਵਾਰੀ ਆਈ ਅਤੇ ਅਸੀਂ ਕਿਹਾ ਜਲੇਬੀਆਂ ਲੈ ਲੈਂਦੇ ਹਾਂ ਅਤੇ ਪੋਪਟ ਹੋਣਾ ਇੱਥੋਂ ਸਟਾਰਟ ਹੋ ਗਿਆ। ਜਿੱਥੋਂ ਅਸੀਂ ਜਲੇਬੀ ਲੈਂਦੇ ਸਾਨੂੰ ਮਿਲੀ ਨਹੀਂ। ਅਸੀਂ ਸਬਜ਼ੀ ਮੰਡੀ ਗਏ, ਸ਼ਾਹਪੁਰ ਚੌਂਕ ਗਏ, ਸਾਰੇ ਪਾਸੇ ਗਏ, ਨਹੀਂ ਮਿਲੀ। ਫਿਰ ਅਸੀਂ ਐਡੀ ਵੱਡੀ ਦੁਕਾਨ 'ਚ ਗਏ, ਉੱਥੇ ਜਾ ਕੇ ਅੰਕਲ ਕਹਿੰਦੇ 540 ਰੁਪਏ ਕਿਲੋ ਹੈ ਜਲੇਬੀ। ਜਲੇਬੀ ਦਾ ਭਾਅ ਸੁਣ ਕੇ ਅਸੀਂ ਦੱਬੇ ਪੈਰ ਵਾਪਸ ਆ ਗਏ ਅਤੇ ਦੂਜੀ ਦੁਕਾਨ 'ਚ ਥੋੜ੍ਹੀ ਜਿਹੀ ਮਿਠਾਈ ਲਈ ਅਤੇ ਘਰ ਆ ਕੇ ਪਾਰਟੀ ਕੀਤੀ।